ਸਤਿ ਸ਼੍ਰੀ ਅਕਾਲ ਜੀ ਮੈਂ ਹਰ ਕਰੀਸਿੰਗ ਬਾਲ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਨਾਮਾ ਪੰਜਾਬ ਨਾਮੇ ਦੇ ਵਿੱਚ ਜਿਹੜੀ ਅੱਜ ਸਾਡੀ ਵਿਸ਼ੇਸ਼ ਗੱਲਬਾਤ ਦਾ ਮੁੱਖ ਮੁੱਦਾ ਰਹੇਗਾ ਉਹ ਹੈ ਮਹਿਲਾ ਕਿਸਾਨ ਦਿਵਸ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਭਾਰਤੀ ਸੰਯੁਕਤ ਮੋਰਚੇ ਵੱਲੋਂ ਜਿਹੜੇ ਪ੍ਰੋਗਰਾਮ ਉਲੀਕੇ ਗਏ ਸੀ ਉਹਦੇ ਵਿੱਚ ਇੱਕ ਅਹਿਮ ਪ੍ਰੋਗਰਾਮ ਸੀ ਜਿਹੜਾ 18 ਜਨਵਰੀ ਦਾ ਅੱਜ ਦੇ ਦਿਨ ਦਾ ਜਿਹੜਾ ਪ੍ਰੋਗਰਾਮ ਸੀ ਉਹ ਸੀ ਰਾਸ਼ਟਰੀ ਪੱਧਰ ਦੇ ਉੱਪਰ ਕਿਸਾਨ ਮਹਿਲਾ ਦਿਵਸ ਮਨਾਉਣਾ ਕਿਸਾਨ ਮਹਿਲਾ ਦਿਵਸ ਮਨਾਉਂਦਿਆਂ ਹੋਏ ਆ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਰਾਸ਼ਟਰੀ ਪੱਧਰ ਤੇ ਇਹ ਦਿਵਸ ਮਨਾਇਆ ਜਾ ਰਿਹਾ ਹੈ ਇਸ ਦਿਵਸ ਦੇ ਵਿੱਚ ਔਰਤਾਂ ਕਿਵੇਂ ਭੂਮਿਕਾ ਨਿਭਾ ਰਹੀਆਂ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸਨਿਆ ਸਤਕਾਰਯੋਗ ਪੱਤਰਕਾਰ ਬਲਵਿੰਦਰ ਜੰਮੂ ਜੀ ਅਤੇ ਨੀਹਾ ਸ਼ੁਕਲਾ ਜੀ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜੰਮੂ ਜੀ ਅਸੀਂ ਪਹਿਲਾਂ ਤੁਹਾਡੇ ਕੋਲੋਂ ਪੁੱਛਦੇ ਹਾਂ ਜਿਵੇਂ ਕਿ ਇੱਕ ਉਸਾਰੂ ਤੇ ਸਚਾਰੂ ਟੰਗ ਦੇ ਨਾਲ ਇੱਕ ਜਿਹੜਾ ਪ੍ਰੋਗਰਾਮ ਸਟੈਪ ਬਾਈ ਸਟੈਪ ਉਲਿਖਿਆ ਗਿਆ ਉਹਦੇ ਵਿੱਚ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਔਰਤਾਂ ਨੂੰ ਬਰਾਬਰੀ ਦਾ ਜਿਹੜਾ ਜੋ ਸਮਝਿਆ ਜਾਂਦਾ ਹੈ ਕਿ ਬਰਾਬਰ ਉਹਨਾਂ ਨੂੰ ਰੱਖਿਆ ਗਿਆ ਹੈ ਇਸ ਅੰਦੋਲਨ ਦੇ ਵਿੱਚ ਕਿਵੇਂ ਵੇਖਦੇ ਹੋ ਅੱਜ ਦਾ ਜਿਹੜਾ ਇਹ ਕਿਉਂਕਿ ਇੱਕ ਵੱਡੀ ਗੱਲ ਇਹ ਵੀ ਹੈ ਜੰਮੂ ਜੀ ਜਿਹੜੀ ਭਾ ਵਰਕਰਾਂ ਆਂਗਨ ਵਾਲੀ ਵਰਕਰਾਂ ਵੱਡੇ ਰੂਪ ਦੇ ਵਿੱਚ ਅੱਜ ਜਿਹੜਾ ਦਿੱਲੀ ਆ ਉੱਥੇ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ ਤੇ ਇੱਕ ਵੱਡੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਜਿਹੜੀ ਸਟੇਜ ਹੈ ਕਿਸਾਨਾਂ ਦੀ ਉਹ ਅੱਜ ਉਹਦਾ ਸੰਚਾਲਨ ਔਰਤਾਂ ਕਰ ਰਹੀਆਂ ਨੇ ਜੰਮੂ ਜੀ ਕਿਵੇਂ ਵੇਖਦੇ ਹੋ ਦੇਖੋ ਜੀ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਬਹੁਤ ਅਹਿਮ ਤੇ ਵੱਡਾ ਕਦਮ ਚੁੱਕਿਆ ਜਿਹਦੇ ਵਿੱਚ 50% ਜਿਹੜਾ ਪਾਈਚਾਰਾ ਉਹਨੂੰ ਮਾਨਤਾ ਦਿੱਤੀ ਗਈ ਹੈ ਜੇ ਇਸ ਅੰਦੋਲਨ ਨੇ ਸਫਲ ਹੋਣਾ ਇਸ ਔਰਤ ਦੇ ਵਿੱਚ ਜਿੰਨੀਆਂ ਜ਼ਿਆਦਾ ਔਰਤਾਂ ਸ਼ਾਮਲ ਹੋਣਗੀਆਂ ਉਹਨਾਂ ਹੀ ਇਹ ਅੰਦੋਲਨ ਜਿਹੜਾ ਜਲਦੀ ਸਫਲ ਹੋਏਗਾ ਸਫਲਤਾ ਦਾ ਕੰਮ ਹੈ ਜਿਹਦੇ ਜਿਹੜੇ ਮਾਮਲੇ ਦੀ ਔਰਤਾਂ ਨੂੰ ਸਮਝ ਪੈ ਗਈ ਤੇ ਉਹਦਾ ਪ੍ਰਚਾਰ ਤੇ ਪਸਾਰ ਕਿਸੇ ਵੀ ਹੋਰ ਗੱਲ ਨਾਲੋਂ ਜ਼ਿਆਦਾ ਹੋਏਗਾ ਇਸ ਇਹ ਨਹੀਂ ਵੀ ਇਸ ਮੋਰਚੇ 'ਚ ਪਹਿਲਾਂ ਔਰਤਾਂ ਸ਼ਾਮਲ ਨਹੀਂ ਕਾਫੀ ਗਿਣਤੀ ਦੇ ਵਿੱਚ ਟਿਕਰੀ ਬਾਰਡਰ ਤੇ ਵੀ ਹੈਗੀਆਂ ਜਿਹੜਾ ਇਹ ਸਿੰਧੂ ਬਾਰਡਰ ਇਹਦੇ ਤੇ ਵੀ ਹੈਗੀਆਂ ਮਤਲਬ ਕਾਫੀ ਛਾਮਲ ਸੀ ਪਰ ਇਹ ਵਿਸ਼ੇਸ਼ ਤੌਰ ਤੇ ਇੱਕ ਦਿਨ ਰੱਖ ਕੇ ਮਨਾਉਣਾ ਇਹ ਇੱਕ ਆਪਣੇ ਆਪ ਦੀ ਵੱਡੀ ਗੱਲ ਸੀਗੀ ਤੇ ਇਸ ਗੱਲ ਨੂੰ ਕਿ ਅਸੀਂ ਆਪਣਾ ਜਿਹੜਾ 50% ਹਿੱਸਾ ਉਹਨੂੰ ਰਿਕੋਗਨਾਈਜ਼ ਕਰਦੇ ਆ ਤੇ ਉਹ ਰਿਕੋਗਨਾਈਜ਼ ਕਰਨ ਦੇ ਨਾਲ ਜਦੋਂ ਵੀ ਇਹ ਮੋਰਚੇ ਨੂੰ ਤੋੜਨ ਦੀਆਂ ਭੰਨਣ ਦੀਆਂ ਕੋਸ਼ਿਸ਼ਾਂ ਚੱਲਣਗੀਆਂ ਤੇ ਉਹਨੂੰ ਜਿਹੜੀਆਂ ਔਰਤਾਂ ਨੇ ਜਿਹੜੀਆਂ ਸਾਡੀਆਂ ਭੈਣਾਂ ਨੇ ਮਾਵਾਂ ਨੇ ਧੀਆਂ ਨੇ ਮਤਲਬ ਪਤਨੀਆਂ ਸਾਰਾ ਮਤਲਬ ਜਿਹੜਾ ਇਹ ਟੋਟਲ ਨੂੰ ਇਕੱਠਾ ਕਰਨਾ ਮਤਲਬ ਇਹ ਬਹੁਤ ਵੱਡੀ ਇੱਕ ਇਸ ਮੋਰਚੇ ਦੀ ਸਫਲਤਾ ਦੀ ਕੜੀ ਨਿਭ ਹੋ ਨਿਭੜੇਗਾ ਤੇ ਇਹਦੇ ਨਾਲ ਇਹ ਇੱਥੇ ਹੀ ਨਹੀਂ ਕਿ ਕੇਵਲ ਬਾਰਡਰ ਤੇ ਨਹੀਂ ਚਾਰ ਥਾਵਾਂ ਤੇ ਨਹੀਂ ਪੂਰੇ ਪੰਜਾਬ ਦੇ ਵਿੱਚ ਅਮਰਸਰ ਦੇ ਵਿੱਚ ਬਰਨਾਲੇ ਦੇ ਵਿੱਚ ਮੈਂ ਸਾਰੇ ਥਾਵਾਂ ਦੇ ਉੱਪਰ ਕਿਸਾਨ ਔਰਤਾਂ ਦੇ ਅੱਜ ਵਖਰੇ ਕਾਠ ਹੋਏ ਉਹਨਾਂ ਸਾਰਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਸਟੇਜ ਆ ਉਹ ਕਿਸਾਨ ਔਰਤਾਂ ਨੇ ਖੁਦ ਕਮਾਂਡ ਕੀਤੀ ਭਾਸ਼ਣ ਉਹਨਾਂ ਨੇ ਖੁਦ ਕੀਤੇ ਜੀ ਜਿਹੜਾ ਕੁੰਡਲੀ ਬਾਰਡਰ ਕਹ ਲੀਏ ਉੱਥੇ ਵੀ ਔਰਤਾਂ ਨੇ ਸਟੇਜ ਚ ਲਈ ਦੂਜੇ ਪਾਸੇ ਵੀ ਚਾਰੇ ਥਾਵਾਂ ਦੇ ਉੱਪਰ ਔਰਤਾਂ ਨੇ ਅੱਜ ਇਹ ਦਿਖਾਇਆ ਕਿ ਉਹ ਕਿਸੇ ਮਾਮਲੇ ਦੇ ਵਿੱਚ ਵੀ ਮਰਦਾਂ ਨਾਲੋਂ ਘੱਟ ਨਹੀਂ ਗਈਆਂ ਜੀ ਠੀਕ ਹੈ ਮੋٹے ਤੌਰ ਤੇ ਜਿਹੜੀ ਹੈ ਮੇਰਾ ਖਿਆਲ ਜਿਹੜੀ ਕਮੇਟੀ ਵੀ ਹੈ ਉਹਦੇ ਚ ਵੀ ਕੋਈ ਔਰਤ ਨਹੀਂ ਪਰ ਜਿਹੜੀਆਂ ਔਰਤਾਂ ਉਹਨਾਂ ਨੇ ਜੇ ਢੰਗ ਨਾਲ ਮੈਂ ਕਈ ਔਰਤਾਂ ਨੂੰ ਸੁਣਿਆ ਅੱਜ ਉਹਨਾਂ ਦੇ ਭਾਸ਼ਣ ਸੁਣੇ ਬਹੁਤੀ ਉਹਨਾਂ ਨੇ ਜਿਹੜੇ ਇਸ਼ੂ ਹੈ ਜਿਹੜੇ ਮੁੱਦੇ ਨੇ ਕਿੰਦੇ ਕਾਲੇ ਕਾਨੂੰਨ ਉਹ ਤੋਂ ਇਲਾਵਾ ਕੀ ਹੈ ਇੱਕ ਔਰਤ ਨੇ ਤੇ ਇਹ ਵੀ ਕਹਿ ਆ ਵੀ ਸਾਡੀ ਜਿਹੜੀ ਗਿਣਤੀ ਹੈ ਜਿਹੜੀ ਆ ਮਰਦਾਂ ਦੇ ਮੁਕਾਬਲੇ ਵੱਧ ਬਣਦੀ ਹੈ ਵੈਸੇ ਵੀ ਇਹ ਫੈਕਟ ਹੈ ਅਸੀਂ ਜਦੋਂ ਦੇ ਦੇਖਦੇ ਹਾਂ ਖੇਤੀ ਮੈਂ ਖੁਦ ਖੇਤੀ ਕਰਦਾ ਰਿਹਾ ਕਿਸੇ ਬਾਰੇ ਦੇ ਵਿੱਚ ਉਹਦੇ ਵਿੱਚ ਜਿਹੜੇ ਕਣਕ ਦੀ ਕਟਾਈ ਕਰਨੀ ਉਹਦੇ ਵਿੱਚ ਔਰਤਾਂ ਅੱਗੇ ਹੁੰਦੀਆਂ ਸੀਗੀਆਂ ਖੇਤਮੇਦੂਰ ਔਰਤਾਂ ਕੰਮ ਕਰਦੀਆਂ ਸੀ ਝੋਨੇ ਦੀ ਲਵਾਈ ਦੇ ਵਿੱਚ ਹੁੰਦੀਆਂ ਸੀ ਗੁੜਾਈ ਦੇ ਵਿੱਚ ਮਰੜਰ ਤੋੜਨੇ ਕਪਾਹ ਚੁਗਣੀ ਆ ਇਹ ਸਾਰੇ ਮਾਮਲਿਆਂ ਦੇ ਵਿੱਚ ਔਰਤਾਂ ਬੰਦੇਆਂ ਦੇ ਮੁਕਾਬਲੇ ਜ਼ਿਆਦਾ ਹੁੰਦੀਆਂ ਜੀ ਖੇਤ ਨੂੰ ਵਾਉਣਾ ਜਾਂ ਹੋ ਉਹਨਾਂ ਕੰਮਾਂ ਦੇ ਵਿੱਚ ਬੰਦੇ ਜਾਂ ਪਾਣੀ ਲਾਉਣਾ ਉਹਦੇ ਚ ਪਰ ਹੁਣ ਇਸ ਮਾਮਲੇ ਦੇ ਵਿੱਚ ਉਹ ਔਰਤਾਂ ਪਿੱਛੇ ਨਹੀਂ ਗਈਆਂ ਔਰਤਾਂ ਜਦੋਂ ਮਰਦ ਜਿਆਦਾ ਵੱਡੀ ਗਿਣਤੀ ਦੇ ਵਿੱਚ ਉੱਥੇ ਗਏ ਹੋਏ ਬਾਰਡਰਾਂ ਦੇ ਉੱਪਰ ਤੇ ਪਿੱਛੇ ਜਿਹੜਾ ਘਰ ਦਾ ਕੰਮ ਕਾਜ ਆ ਜਾਂ ਖੇਤੀਬਾੜੀ ਦਾ ਕੰਮ ਔਰਤਾਂ ਬਰਾਬਰ ਦੇਖ ਰਹੀਆਂ ਇਸ ਕਰਕੇ ਇਹ ਜਿਹੜਾ ਇਸ ਪੱਖ ਨੂੰ ਜਿਹੜਾ ਕਿਸਾਨ ਆਗੂਆਂ ਨੇ ਰਿਕੋਗਨਾਈਜ਼ ਕੀਤਾ ਇਹ ਚੰਗੀ ਗੱਲ ਹੈ ਇਹਦੇ ਨਾਲ ਇਸ ਮੋਰਚੇ ਨੂੰ ਹੋਰ ਬਿਹਤਰ ਬਣਾਉਣ ਦੇ ਵਿੱਚ ਸਚਾਰੂ ਢੰਗ ਨਾਲ ਚਲਾਉਣ ਦੇ ਵਿੱਚ ਹੋਰ ਜਿਹੜੀ ਸਫਲਤਾ ਮਿਲੇਗੀ ਮਜਬੂਤੀ ਮਿਲੇਗੀ ਮੈਨੂੰ ਲੱਗਦਾ ਵੀ ਇਹ ਜਿਹੜਾ ਕਦਮ ਹੈ ਇਹ ਬਹੁਤ ਪਹਿਲਾਂ ਲੈ ਲਿਆ ਜਾਣਾ ਚਾਹੀਦਾ ਸੀ ਠੀਕ ਹੈ ਹੁਣ ਵੀ ਲੈ ਲਿਆ ਦੇਰ ਆਇ ਦਰਸਤ ਹੈ ਮਤਲਬ ਜਿਵੇਂ ਅਸੀਂ ਕਹਿੰਨੇ ਆ ਉਸ ਹਾਬ ਕਿਤਾਬ ਨਾਲ ਇਹ ਵਧੀਆ ਕਦਮ ਜਿਹੜਾ ਹੈ ਤੇ ਇਹਦੇ ਨਾਲ ਮੋਰਚੇ ਦੀ ਜਿਹੜੀ ਹੋਰ ਵੀ ਸਫਲਤਾ ਯਕੀਨੀ ਬਣੇਗੀ ਜੀ ਨਿਹਿਆ ਜੀ ਜਿਵੇਂ ਜੰਮੂ ਜੀ ਨੇ ਦੱਸਿਆ ਕਿ ਜਿਹੜੀ ਔਰਤਾਂ ਦੀ ਖੇਤੀਬਾੜੀ ਦੇ ਵਿੱਚ ਸ਼ਮੂਲੀਅਤ ਹੈ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਾਨੂੰ ਵੇਖਣ ਨੂੰ ਮਿਲੀ ਹੈ ਉਹ ਅੱਜ ਵੀ ਮੌਜੂਦ ਹੈ ਜਿਵੇਂ ਕਿ ਤੁਹਾਨੂੰ ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਇੱਕ ਔਰਤ ਹੋਣ ਦੇ ਨਾਤੇ ਤੁਸੀਂ ਕਿਵੇਂ ਵੇਖਦੇ ਹੋ ਅੱਜ ਦੇ ਦਿਪਸ ਨੂੰ जी हरकीरत जी बहुत ही अच्छा लगता है जब देश में महिलाओं को मंच दिया जाता है और कहा जाता है कि आप हमारी अगुवाई करें वैसे अगर महिलाओं की अगुवाई देश की बात की जाए तो अब तक निराशाजनक ही रहा जैसे जम्मू जी ने कहा कि औरतें खेतों में ज़्यादा काम करती उनकी तादाद ज़्यादा होती है लेकिन देश का जो परम्परागत तरीका रहा है खेती का कि औरतों की जो लेबर फोर्स है वो ज़्यादा रहती है लेकिन उनको मेहनताना बहुत कम दिया जाता है और उनको मालिकाना हक भी बहुत कम मिलता है तो तो एक महिला होने के नाते तो मुझे इस बात का दुख हमेशा से ही रहा है लेकिन आज अच्छा दिन मैं इसलिए मानूंगी क्योंकि देश की जो राजधानी है दिल्ली और वहां की सीमा पर जो आंदोलन हो रहा है जो कि सिर्फ देश का ही नहीं बल्कि पूरी दुनिया का जो ध्यान है वो आकर्षित कर रहा है और ऐसे में महिलाओं को मंच दिया गया है कि आज आपका दिन है और आप की बात हम सुनेंगे और महिलाओं ने भी यह साबित कर दिया है कि अगर आपने हमें मंच दिया है और अगुवाई करने का जो रोल आप हमें दे रहे हैं उसमें हम आपको निराश नहीं करेंगे आप हमें मौका जी और हम आपको बेहतर ही नहीं बल्कि सबसे बेस्ट सर्वश्रेष्ठ करके दिखाएंगे हरकिरत जी तो आज वाकई एक अच्छा दिन है उत्सव सा दिन लग रहा है जी जम्मू जी जमे देखा जा सकता है आंदोलन जब शुरू हुआ ਕਿਸਾਨ ਬਾਰਡਰਾਂ ਤੇ ਸ਼ਰਧਾਂ ਤੇ ਦਿੱਲੀ ਦੇ ਬੈਠੇ ਨੇ ਜਿਹੜਾ ਪਿੱਛੇ ਘਰਵਾਰ ਸੰਭਣਾ ਉਹਦੀ ਵਿੱਚ ਬਹੁਤ ਅਹਿਮ ਭੂਮਿਕਾ ਔਰਤਾਂ ਨੇ ਨਿਭਾਈਆ ਕਿਉਂਕਿ ਪਰਿਵਾਰ ਦੇ ਵਿੱਚ ਪਿੱਛੇ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਆਪਾਂ ਜੇ ਵੇਖਿਆ ਇੱਕ ਦਿਨ ਵੀ ਆਪਾਂ ਦੋ ਦਿਨ ਰਿਸ਼ਤੇਦਾਰੀ ਚ ਨਹੀਂ ਰਹਿ ਸਕਦੇ ਜਿਆਦਾ ਤੋਂ ਜਿਆਦਾ ਕਿਉਂਕਿ ਘਰ ਦੇ ਵਿੱਚ ਮੁਖੀ ਦੇ ਉੱਪਰ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਆ ਪਰ ਔਰਤਾਂ ਦਾ ਹੌਸਲਾ ਦੇਖੋ ਜੀ ਉਹਨਾਂ ਨੇ ਆਪਣੇ ਜਿਹੜੇ ਘਰ ਦੇ ਮੁਖੀ ਆ ਉਹਨਾਂ ਨੂੰ ਕਿਹਾ ਤੁਸੀਂ ਸੰਭੋ ਦਿੱਲੀ ਦੇ ਉੱਪਰ ਜਿਹੜੀ ਤੁਹਾਡੀ ਜ਼ਿੰਮੇਵਾਰੀ ਆ ਤੁਸੀਂ ਅਹਿਮ ਭੂਮਿਕਾ ਜਿਹੜੀ ਔਰਤਾਂ ਨਿਭਾ ਰੀਆਂ ਕਿਹੜੇ ਰ ਦੇਖੋ ਭਾਵੇਂ ਕਿਸਾਨ ਜਿਹੜੇ ਵੱਡੀ ਗਿਣਤੀ ਦੇ ਵਿੱਚ ਦਿੱਲੀ ਬਾਰਡਰਾਂ ਤੇ ਬੈਠੇ ਨੇ ਜੀ ਪਰ ਪੰਜਾਬ ਦੇ ਅੰਦਰ ਵੀ ਹਰਿਆਣੇ ਦੇ ਅੰਦਰ ਵੀ ਬਰਾਬਰ ਅੰਦੋਲਨ ਜਿਹੜਾ ਪਿੱਛੇ ਵੀ ਚੱਲ ਰਿਹਾ ਜੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਿਹੜੇ ਟੋਲ ਟੈਕਸ ਨੇ ਹਾਂਜੀ ਪੰਜਾਬ ਦੇ ਵਿੱਚ ਜਿਹੜੇ ਧਰਨੇ ਨੇ ਵੱਖ-ਵੱਖ ਥਾਵਾਂ ਦੇ ਉੱਪਰ ਲੱਗੇ ਉਹਨਾਂ ਦੇ ਵਿੱਚ ਬਹੁਤ ਸਾਰੇ ਧਰਨਿਆਂ ਦੇ ਵਿੱਚ ਅੱਜ ਵੀ ਔਰਤਾਂ ਸ਼ਾਮਲ ਹੁੰਦੀਆਂ ਨੇ ਉਹ 4 ਜਾਂ 5 ਘੰਟੇ ਉੱਥੇ ਧਰਨੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਉਹ ਤੋਂ ਬਾਅਦ ਉਹ ਘਰ ਦੇ ਖੇਤੀ ਦੇ ਕੰਮ ਵੀ ਦੇਖਦੀਆਂ ਨੇ ਹਾਂਜੀ ਉਹ ਬਦਲ ਬਦਲ ਕੇ ਵੀ ਉੱਥੇ ਜਾਂਦੀਆਂ ਨੇ ਕੁਝ ਔਰਤਾਂ ਅੱਜ ਚੱਲ ਗਈਆਂ ਕੁਝ ਅਗਲੇ ਦਿਨ ਚੱਲ ਗਈਆਂ ਬਸ ਇਹਦੇ ਨਾਲ ਸਾਡੇ ਸਮਾਜ ਦੇ ਵਿੱਚ ਇੱਕ ਨਵੀਂ ਕਿਸਮ ਦੀ ਤਬਦੀਲੀ ਜਿਹੜੀ ਆ ਉਹ ਦੇਖਣ ਨੂੰ ਮਿਲੇਗੀ ਹਾਂਜੀ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੇਰਾ ਖਿਆਲ ਝਗੜੇ ਜਿਹੜੇ ਆ ਉਹ ਕਾਫੀ ਘਟ ਗਏ ਨੇ ਹੂੰ ਬਸ ਪਹਿਲੇ ਸਮੇਂ ਦੇ ਵਿੱਚ ਬਹੁਤ ਘਟੇ ਨੇ ਤੇ ਜਿਹੜੇ ਲੋਕ ਉੱਥੇ ਦਿੱਲੀ ਦੇ ਬਾਰਡਰ ਤੇ ਗਏ ਨੇ ਜਿਹੜੇ ਬਹੁਤ ਰਵਾਇਤੀ ਵਿਰੋਧੀ ਸੀਗੇ ਉਹ ਵੀ ਨੇੜੇ ਆ ਗਿਆ ਉਹਨਾਂ ਦੇ ਵਿੱਚ ਵੀ ਇਸ ਤਰੀਕੇ ਦੀ ਏਕਤਾ ਜਿਹੜੀ ਆ ਦੇਖਣ ਨੂੰ ਮਿਲਦੀ ਹੈ ਜੀ ने बहुत कुछ वखरा पेश किया जी वखरा क्योंकि जम्मू जी ने कहा है मैं समय लेना चाहूंगी यहाँ पर क्योंकि जम्मू जी कह रहे हैं जिस तरह से एक वखरी चीज नजर आ रही है तो ये वाकई में एक अलग ही चीज अब हुई है कि अब जो किसान महिला किसान है उनको प्राथमिकता प्रमुखता दी जा रही है और मुझे लगता है कि ये मंच है महिला किसानों की जो अब तक एक अनदेखी सी होती आई है देश में वो अब ये मसला अब इस मंच के जरिए अब उठा है और मुझे उम्मीद ये लग रही है कि अब क्योंकि मैं ध्यान ले जाना चाहूँगी दो में एक बिल आया था इसका नाम था विमेन बेटर इस इसका नाम था विमेन बेटरमेंट इन 2011 में ये बिल आया था लेकिन क्योंकि सरकारों का जो फोकस है वो इस बिल पर नहीं रहा और ये 2013 में लैप्स हो गया तो अब मुझे लगता है कि ये क्योंकि अभी मुद्दा उठा है तो शायद ये मुद्दा और भी आगे, आगे अटेंशन लोगों का ले और सरकार को ये लगे कि हमें ये बिल लेकर आना चाहिए ताकि जो जेंडर इक्वालिटी है उसको हम आगे लेके जा सके जैसे जम्मू जी ने पहले कहा कि अब महिलाएं क्योंकि आ चुकी हैं तो इसको एक और जो मजबूती है वो मिल गई और घर घर तक बात पहुंच गई और घर घर तक बात पहुंची और बच्चों को पीढ़ियों से जो सिखाने की बात करती आई हैं महिलाएं उनकी जिम्मेदारी निभाती आई हैं भी शमूलियत की तो लग रहा है कि छब्बी वाली जी परेड आ रही है किसानों वालों जो प्रोग्राम उलिका गया भी औरतों की शमूलियत उसी तरह मिलेगी जी बिल्कुल मिलनी चाहिए क्योंकि नेताओं ने जो एक भरोसा दिया था महिलाओं को जिस पर भरोसा जताया था कि आप आइए और स्पेशल ट्रेनिंग भी दी गई थी जीन से काफी महिलाएं आगे आई थी और हर घर से हर गांव से दस महिलाओं को कहा गया था कि आप आइए और ट्रैक्टर चलाना सीखिए कुछ महिलाएं जो पहले से ही खेतों में ट्रैक्टर चलाती थी वो तो शामिल हुई ही खासकर ट्रेनिंग भी दी गई और महिलाओं ने विशेष तौर पर ट्रैक्टर इसीलिए चलाना सीखा कि वो इस ट्रैक्टर में शामिल इस ट्रैक्टर रैली में शामिल हो सके तो मुझे लगता है कि इस बार भी जो किसान संगठन है जो प्रतिनिधित्व कर रहे हैं वो पूरा का पूरा दारोमदार जरूर महिला किसान जो नेता है या फिर जो समर्थक हैं उन पर जताएंगे और देखना दिलचस्प होगा कि इस बार जो महिलाएं बड़ी से बड़ी तादाद में दिल्ली में जब पहुंचेंगी जिसकी मुझे लग रहा है कि उम्मीद है कि दिल्ली पुलिस इसकी इजाजत दे देगी हालांकि सुप्रीम कोर्ट ने कहा है कि ये दिल्ली पुलिस तय करे कि वो किसको दिल्ली में आने देना चाहती है नहीं देना चाहती है लेकिन जब इसकी परमिशन मिल जाएगी तो मुझे लगता है कि महिलाओं को जरूर ये जिम्मेदारी सौंपी जाएगी जब मुझे जो मिल रहा है औरतों का राखवा ਚਾਹੇ ਕੇਂਦਰ ਸਰਕਾਰ ਹੋਵੇ ਜਾਂ ਰਾਜ ਸਰਕਾਰ ਹੋਵੇ ਔਰਤਾਂ ਜਿਹੜਾ ਰਾਖਵਾ ਕਰਨ ਉਹਨੂੰ ਲੈ ਕੇ ਭਾਵੇਂ ਸੁਚੇਤ ਹੁੰਦੀ ਆ ਪਰ ਜੇ ਦੇਖਿਆ ਜਾਵੇ ਇਹ ਵਿਵਹਾਰਿਕ ਤੌਰ ਤੇ ਪ੍ਰੈਕਟੀਕਲ ਦੇ ਤੌਰ ਦੇ ਵਿੱਚ ਨਾ ਹੀ ਰਾਜਨੀਤੀ ਵਿੱਚ ਉੰਨੀਆਂ ਔਰਤਾਂ ਸਰਕਾਰ ਵਿੱਚ ਹੁੰਦੀਆਂ ਐ ਨਾ ਹੀ ਸਮਾਜਿਕ ਜਿਹੜੇ ਹੋਰ ਅਦਾਰੇ ਆ ਉਹਨਾਂ ਵਿੱਚ ਵੇਖਣ ਨੂੰ ਮਿਲਦੀਆਂ ਔਰਤਾਂ ਦੀ ਸ਼ਮੂਲੀਅਤ ਪਰ ਇਸ ਅੰਦੋਲਨ ਦੇ ਵਿੱਚ ਵੇਖਣ ਨੂੰ ਮਿਲ ਰਹੀ ਐ ਕਿਵੇਂ ਵੇਖ ਰਹੇ ਹੋ ਇੱਕ ਆਪਣੇ ਆਪ ਦੇ ਵੀ ਇੱਕ ਇੱਕ ਜਨਚੇਤਨਾ ਜਿਹੜੀ ਆ ਰਹੀ ਐ ਦੇਖੋ ਜਦੋਂ ਅਸੀਂ ਕਹਿ ਦਿੰਨੇ ਵੀ ਔਰਤਾਂ ਅੱਗੇ ਨਹੀਂ ਆ ਰਹੀਆਂ ਅੱਗੇ ਆਉਣ ਦੇ ਮੌਕੇ ਹੀ ਨਹੀਂ ਦਿੱਤੇ ਜਾਂਦੇ ਜੀ ਔਰ ਤਾਂ ਤਾਂ ਅੱਗੇ ਹੋਵੇ ਨਾ ਜੇ ਉਹਨੂੰ ਮੌਕੇ ਮਿਲਣ ਮਤਲਬ ਕਿਹਾ ਕੁਝ ਜਾਂਦਾ ਕੀਤਾ ਕੁਝ ਜਾਂਦਾ ਮਤਲਬ ਅਸੀਂ ਇਹ ਕਹਿੰਨੇ ਵੀ ਅਸੀਂ ਘਰ ਦੇ ਵਿੱਚ ਲੜਕੀ ਤੇ ਲੜਕੇ ਦੋਨਾਂ ਨੂੰ ਬਰਾਬਰ ਕਰ ਦੇ ਮੰਨਤਾ ਦਿੰਨੇ ਆ ਪਰ ਪ੍ਰੈਕਟਿਸ ਦੇ ਵਿੱਚ ਕੀ ਹੋ ਰਿਹਾ ਮਤਲਬ ਹਰ ਇੱਕ ਪਰਿਵਾਰ ਦੇ ਵਿੱਚ ਇਹ ਇੱਛਾ ਹੁੰਦੀ ਆ ਵੀ ਲੜਕੀ ਨਾ ਹੋਵੇ ਲੜਕਾ ਹੋਵੇ ਜੀ ਮਤਲਬ ਇਹ ਸਾਰਾ ਕੁਝ ਅਸੀਂ ਆਪਣੇ ਅੱਖਾਂ ਨਾਲ ਹੰਡਾਰੇ ਦੇਖ ਰਹੇ ਆ ਸਾਰਾ ਕੁਝ ਉਹਦੇ باوجود ਮਤਲਬ ਅਸੀਂ ਕਿੰਨੇ ਸਾਲ ਹੋ ਗਏ ਮਤਲਬ ਇਸ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਔਰਤਾਂ ਨੂੰ ਜਿਹੜਾ 35% ਦੀ ਰਾਖਵਾ ਕਰਨ ਦੇਣ ਦਾ ਜੀ ਕਿੰਨੀਆਂ ਸਰਕਾਰਾਂ ਆ ਕੇ ਚੱਲੇ ਗਈਆਂ ਨਹੀਂ ਉਹ ਅੱਗੇ ਵਧਿਆ ਜੀ ਮਤਲਬ ਇਹ ਜਿਹੜਾ ਸਾਡਾ कहनी बहुत अंतर है एग्रीकल्चर में ही जम्मू जी जब देखा जाए तो एग्रीकल्चर में ही एक इंडियन ह्यूमन डेवलपमेंट सर्वे किया गया था 2018 में जिसमें कहा गया था कि जो खेती की जमीन है उसका तिरासी फीसदी 83 परसेंट जो मालिकाना हक है वो पुरुष किसानों के, के पास और सिर्फ दो फीसदी ही मालिकाना हक महिला किसानों के, के पास है तो महिलाएं ज़्यादा फोर्स में खेतों में मजदूरी कर रही हैं वो ज़्यादा मेहनत कर रही हैं ज़्यादा तादाद में मेहनत कर रही हैं और उन्हें मेहनताना भी कम मिल रहा है और मालिकाना हक भी कम मिल रहा है तो ये एक इकाई जो खेतों से गाँव से शुरू हो रही है उस लेवल पर ही दिखा रहा है कि महिलाओं की क्या दुर्गति है देश में जी ਇਹ ਜਿਹੜੀ ਸਿਚੁਏਸ਼ਨ ਨਾ ਜੇ ਅਸੀਂ ਕੱਲਾ ਔਰਤਾਂ ਦਾ ਵਿਸ਼ਾ ਡਿਸਕਸ ਕਰਾਂਗੇ ਵੀ ਕੀ ਕੀ ਪ੍ਰੋਬਲਮ ਨੇ ਇਹ ਬਹੁਤ ਸਾਰੀਆਂ ਪ੍ਰੋਬਲਮ ਨੇ ਇਸ ਦੇਸ਼ ਦੇ ਵਿੱਚ ਤੇ ਹਰੇਕ ਸੂਬੇ ਦੇ ਵਿੱਚ ਆਪਣੀ ਤਰ੍ਹਾਂ ਦੀਆਂ ਪ੍ਰੋਬਲਮ ਨੇ ਅਸੀਂ ਜਿਹੜੇ ਸਟੇਟ ਦੇ ਵਿੱਚ ਰਹਿੰਦੇ ਆ ਉੱਥੇ ਮਤਲਬ ਇਹ ਪ੍ਰੋਬਲਮ ਉਸ ਤਰੀਕੇ ਦੀਆਂ ਨਹੀਂ ਆ ਜਿੰਨੀਆਂ ਸਾਡੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਹੈਗੀਆਂ ਜੇ ਅਸੀਂ ਇਸ ਪਾਸੇ ਵੱਲ ਨੂੰ ਤੁਰਾਂਗੇ ਅੱਜ ਦੇ ਵਿਸ਼ੇ ਦੇ ਵਿੱਚ ਤਾਂ ਅਸੀਂ ਇਸ ਗੱਲ ਤੇ ਹੀ ਜਾਣਾ ਚਾਹੁੰਦੇ ਹਾਂ ਕਿ ਔਰਤਾਂ ਨੂੰ ਇੱਕ ਇਹ ਇਹ ਚਮੂਲੀਅਤ ਅੱਜ ਹੋਈ ਕਿਸਾਨ ਦਿਵਸ ਬਣਾਇਆ ਗਿਆ ਇਹ ਇੱਕ ਬਰਾਬਰੀ ਵੱਲੋਂ ਇੱਕ ਕਦਮ ਹੈ ਜੀ ਜਿਹੜਾ ਸਮਾਜ ਜਿੰਨਾ ਹੀ ਆਪਣੇ ਔਰਤਾਂ ਦੀ ਕਦਰ ਕਰੇਗਾ ਰਿਸਪੈਕਟ ਕਰੇਗਾ ਉਹਨਾਂ ਨੂੰ ਆਦਰ ਮਾਨ ਦੇਗਾ ਬਰਾਬਰਤਾ ਦੇ ਸਮਝੇਗਾ ਉਹ ਸਮਾਜ ਉਹਨਾਂ ਹੀ ਬਿਹਤਰ ਉਹਦਾ ਵਿਕਾਸ ਹੋ ਸਕੇਗਾ ਉਹਦੇ ਵਿੱਚ ਉਨੀਆਂ ਹੀ ਸਮੱਸਿਆਵਾਂ ਘਟਾਉਣਗੀਆਂ ਇਸ ਕਰਕੇ ਇਹ ਜਿਹੜਾ ਨੁਕਤਾ ਹੈ ਨਾ ਇਹ ਜਿਹੜੀ ਗੱਲ ਹੈ ਇਹ ਬੁਨਿਆਦੀ ਤੌਰ ਤੇ ਸਮਾਜ ਦੇ ਵਿੱਚ ਪਰ ਚਾਰਨ ਵਾਲੀ ਆ ਪਸਾਰ ਕਰਨ ਵਾਲੀ ਆ ਅਸੀਂ ਬਹੁਤ ਸਾਰੀਆਂ ਥਾਵਾਂ ਤੇ ਦੇਖਦੇ ਆ ਕਿ ਔਰਤ ਨੂੰ ਜਿਹੜਾ ਬਹੁਤ ਮਾੜਾ ਰੁਤਬਾ ਉਹਨਾਂ ਦਾ ਹੈਗਾ ਉਹ ਰੁਤਬੇ ਨੂੰ ਚੁੱਕਣ ਦੀ ਲੋੜ ਹੈਗੀ ਆ ਉਹ ਚੁੱਕਿਆ ਇਵੇਂ ਨਹੀਂ ਜਾ ਸਕਦਾ ਕੇਵਲ ਨਾਰੇਬਾਜੀ ਨਾਲ ਨਹੀਂ ਉਹਨਾਂ ਨੂੰ ਹਰ ਖੇਤਰ ਦੇ ਵਿੱਚ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਬਰਾਬਰਤਾ ਮਿਲਣੀ ਚਾਹੀਦੀ ਹੈ ਜੀ ਖਾਸ ਕਰਕੇ ਇਸ ਖਿੱਤੇ ਦੇ ਵਿੱਚ ਤਾਂ ਜਿਹੜੀ ਗੁਰਬਾਣੀ ਦਾ ਮਾਮਲਾ ਹੈਗਾ ਬਾਬੇ ਨਾਨਕ ਦਾ ਮਾਮਲਾ ਹੈਗਾ ਬਾਬੇ ਨਾਨਕ ਨੇ ਜਿੰਨੀ ਮੇਰੇ ਖਿਆਲ ਔਰਤਾਂ ਨੂੰ ਉਸ ਦੌਰ ਦੇ ਵਿੱਚ ਅਜੇ ਤਾਂ 550 ਸਾਲ ਪਹਿਲਾਂ ਜੋ ਮਾਨਤਾ ਦਿੱਤੀ ਸੀਗੀ ਹੋਰ ਬਹੁਤ ਥਾਰੀਆਂ ਥਾਵਾਂ ਦੇ ਉੱਪਰ ਕਟ ਮਿਲੀ ਆ ਇਹਦੇ ਨਾਲ ਵੀ ਸਾਡੇ ਇਸ ਖਿੱਤੇ ਦੇ ਵਿੱਚ ਉਸ ਕਿਸਮ ਦੇ ਨਹੀਂ ਹੈਗੇ ਪਰ ਇੱਕ ਵੱਧ ਕਿਸਮ ਦੀ ਹੈ ਮਤਲਬ ਸਾਡੇ ਕੋਲ ਫਤੇਗੜ ਸਾਹਿਬ ਜੇਲਾ ਹਾਂਜੀ ਜੇਦੋਂ ਅਸੀਂ ਇਹ ਲੜਕੇ ਲੜਕੀ ਦੀ ਗੱਲ ਕਰਦੇ ਆਂ ਤਾਂ ਉਸ ਦੇ ਵਿੱਚ ਮੇਰਾ ਖਿਆਲ ਅਨਪਾਦ ਜਿਹੜਾ ਉਹ ਮਾੜਾ ਹੈ ਮਤਲਬ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਜਿੱਥੇ ਮਤਲਬ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਾਦੀ ਹੋਈ ਮਾਤਾ ਗੁਜਰੀ ਨੂੰ ਕੁਰਬਾਨੀ ਦੇਣੀ ਪਈ ਜਿੱਥੇ ਉਹਨਾਂ ਦੀ ਜਾਤ ਦੇ ਵਿੱਚ ਗੁਰਦੁਆਰੇ ਨੇ ਸਿੱਕੀ ਦੇ ਵਿੱਚ ਇਹ ਬਰਾਬਰਤਾ ਦੀ ਗੱਲ ਹੈਗੀ ਆ ਪਰ ਫਿਰ ਵੀ ਉਹ ਜ਼ਿਲ੍ਹੇ ਦੇ ਵਿੱਚ ਹਾਲਤ ਇਹ ਹੈਗੀ ਆ ਗੱਲ ਜਿਹੜੀਆਂ ਅਸੀਂ ਕਰਦੇ ਆਂ ਜਿਹੜੇ ਸਾਡੇ ਅਗੂ ਲੋਕ ਵੀ ਕਰਦੇ ਆ ਉਹਨਾਂ ਨੂੰ ਜਿੰਨਾ ਚਿਰ ਪ੍ਰੈਕਟੀਕਲ ਛੇਪ ਨਹੀਂ ਦਿੱਤੀ ਜਾਂਦੀ ਉਹਨਾਂ ਚਿਰ ਇਹਦਾ ਗੱਲਾਂ ਦਾ ਕਰਨ ਦਾ ਬੜਾ ਫਾਇਦਾ ਨਹੀਂ ਰਹਿੰਦਾ ਇਸ ਕਰਕੇ ਇਹਨਾਂ ਨੂੰ ਸਾਨੂੰ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ ਅੱਗੇ ਇਹਦਾ ਵਿਸਾਰ ਕਰਨਾ ਚਾਹੀਦਾ ਜਿਹੜੇ ਸਾਡੇ ਲੀਡਰ ਉਹਨਾਂ ਨੂੰ ਵੀ ਚਾਹੀਦਾ ਉਹਨ ਕਿਸਾਨੀ ਦੇ ਵਿੱਚ ਖੇਤੀਬਾੜੀ ਦੇ ਵਿੱਚ ਔਰਤਾਂ ਬਹੁਤ ਸਾਰੇ ਥਾਵਾਂ ਦੇ ਉੱਪਰ ਕੰਮ ਕਰਨ ਲੱਗੀਆਂ ਖੇਤੀ ਦਾ ਕੰਮ ਕਰਦੀਆਂ ਪਰ ਲੇਬਰ ਦੇ ਰੂਪ ਦੇ ਵਿੱਚ ਉਹਨਾਂ ਦਾ ਲੇਬਰ ਦੇ ਵਿੱਚ ਉਹਨਾਂ ਨੂੰ ਜਿਵੇਂ ਨਿਆ ਜੀ ਨੇ ਕਿਹਾ ਕਿਰਤ ਦੇ ਜਿਹੜਾ ਉਹਨਾਂ ਨੂੰ ਘੱਟ ਪੈਸਾ ਮਿਹਨਤਾਂ ਨਾਲ ਮਿਲਦਾ ਹੈ। ਹੂੰ। ਇਹ ਗੱਲ ਜਿਹੜੀ ਹੈ ਦੂਰ ਹੋਣੀ ਚਾਹੀਦੀ ਹੈ। ਇਵੇਂ ਹੋਰ ਥਾਵਾਂ ਦੇ ਉੱਪਰ ਬਹੁਤ ਸਾਰੇ ਵਿਤਕਰੇ ਨੇ। ਜੇ ਅਸੀਂ ਰੇਪ ਦੇ ਮਾਮਲੇ ਦੇਖਣ ਲੱਗ ਜਾਾਂਗੇ, ਛੇੜਛਾੜ ਦੇ ਮਾਮਲੇ ਦੇਖਣ ਲੱਗ ਜਾਾਂਗੇ ਤਾਂ ਬਹੁਤ ਘਨਾਉਣੀ ਤਸਵੀਰ ਸਾਡੇ ਦੇਸ਼ ਦੀ ਬਣਦੀ ਹੈ। ਜੀ। ਜੇ ਇਹਨੂੰ ਬਦਲਣ ਦੀ ਲੋੜ ਹੈਗੀ ਆ ਵੀ ਇਹਦੇ ਕੀ ਕੀ ਕਾਰਨ ਨੇ ਉਹਨਾਂ ਦੀਆਂ ਡੂੰਘਾਈਆਂ ਦੇ ਵਿੱਚ ਜਾ ਕੇ ਜਿਹੜਾ ਕਿ ਸਰਕਾਰਾਂ ਦੇ ਨਾਲ ਜਿਹੜੀਆਂ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਸਮੁੱਚੇ ਸਮਾਜ ਦਾ ਇਹ ਕੰਮ ਹੈਗਾ। ਪਰ ਅਸੀਂ ਆਪਣੇ ਵਿਸ਼ੇ ਵੱਲ ਆਈਏ ਤਾਂ ਉਹਦੇ ਵਿੱਚ ਜੋ ਅੱਜ ਕਿਸਾਨਾਂ ਨੇ ਕੀਤਾ ਜੋ ਕਿਸਾਨ ਮਹਿਲਾ ਦਿਵਸ ਮਨਾਇਆ ਗਿਆ ਇਹ ਬਹੁਤ ਵੱਡੀ ਗੱਲ ਹੈਗੀ ਆ ਤੇ ਇਸ ਕਿਸਾਨ ਅੰਦੋਲਨ ਦੀ ਲੋੜ ਵੀ ਸੀਗੀ ਇਸ ਕਿਸਾਨ ਅੰਦੋਲਨ ਦੇ ਵਿੱਚ ਜਿਵੇਂ ਔਰਤਾਂ ਦੀ ਚਮੜੀਤ ਲਗਾਤਾਰ ਵਧ ਰਹੀ ਹੈ ਮਤਲਬ ਕੜਾਕੇ ਦੀ ਸਰਦੀ ਦੇ ਵਿੱਚ ਮਤਲਬ ਔਰਤਾਂ ਆਪਣੇ 6-6 ਮਹੀਨਿਆਂ ਦੇ ਬੱਚਿਆਂ ਨਾਲ 4-4 ਮਹੀਨਿਆਂ ਦੇ ਬੱਚਿਆਂ ਨਾਲ ਉੱਥੇ ਬਾਰਡਰ ਤੇ ਬੈਠੀਆਂ ਨੇ ਇੱਥੇ ਧਰਨਿਆਂ ਤੇ ਬੈਠਦੀਆਂ ਨੇ ਮਤਲਬ ਇਹ ਉਹਨਾਂ ਦੀ ਕੁਰਬਾਨੀ ਆ ਬੱਚੇ ਨੂੰ ਸਭ ਤੋਂ ਠੰਡ ਲੱਗਣ ਦਾ ਡਰ ਰਹਿੰਦਾ ਮਤਲਬ ਇਹ ਸਾਰਾ ਮਤਲਬ ਇਹ ਦੇਖੋ ਵੀ ਇਹ 120 ਦੇ ਕਰੀਬ ਕਿਸਾਨ ਜਿਹੜੇ ਕੁਰਬਾਨੀਆਂ ਕਰਕੇ ਕਿੰਨੀਆਂ ਮਾਵਾਂ ਪੈਣਾ ਧੀਆਂ ਨੇ ਆਪਣੇ ਸਵਾਗ ਲਟਾਏ ਮਤਲਬ ਇਹ ਸਾਰੇ ਕਸੇ ਨੂੰ ਜਦੋਂ ਅਸੀਂ ਦੇਖਾਂਗੇ ਤਾਂ ਉਹਨਾਂ 120 ਔਰਤਾਂ ਦੀਆਂ ਕਿੰਨੀਆਂ ਦਿੱਕਤਾਂ ਵਧਣਗੀਆਂ ਇਹ ਸਾਰੇ ਨੂੰ ਸਮੁਜਤਾ ਦੇ ਵਿੱਚ ਦੇਖਣ ਦੀ ਲੋੜ ਹੁੰਦੀ ਹੈ ਤੇ ਕਿਸਾਨਾਂ ਨੇ ਜਿਹੜਾ ਇਹ ਸਹੀ ਫੈਸਲਾ ਹੋਇਆ ਚੰਗੀ ਗੱਲ ਹੋਈ ਹੈ ਤੇ ਇਹਨੂੰ ਅੱਗੇ ਇਹ ਕਦਮ ਵਧਦੇ ਜਾਣੇ ਚਾਹੀਦੇ ਆ ਔਰਤਾਂ ਦੀ ਸ਼ਮੂਲੀਅਤ ਹੋਰ ਵਧਾਈ ਜਾਣੀ ਚਾਹੀਦੀ ਹੈ ਇਹ ਬਰਾਬਰਤਾ ਦੇ ਨੇੜੇ ਤੇੜੇ ਜਾਣੀ ਚਾਹੀਦੀ ਹੈ ਭਾਵੇਂ ਕਿ ਪੋਸੀਬਲ ਨਹੀਂ ਹੁੰਦਾ ਕਿਉਂਕਿ ਘਰ ਦਾ ਕੰਮਕਾਜ ਵੀ ਚਲਾਉਣਾ ਬੱਚਿਆਂ ਨੂੰ ਸਕੂਲ ਵੀ ਭੇਜਣਾ ਹੋਰ ਸਮਾਜ ਦੇ ਵਿੱਚ 36 ਤਰ੍ਹਾਂ ਦੇ ਕੰਮ ਧੰਦੇ ਨੇ ਪਰ ਫਿਰ ਵੀ ਇਹ ਗਿਣਤੀ ਜਿਹੜੀ ਵਧਣੀ ਚਾਹੀਦੀ ਹੈ ਤੇ ਜਿਹੜੀ ਲੀਡਰਸ਼ਿਪ ਆ ਉਹਦੇ ਵਿੱਚ ਵੀ ਔਰਤਾਂ ਜਿਹੜੀਆਂ ਆਉਣੀਆਂ ਚਾਹੀਦੀਆਂ ਇਹੀ ਇਸ ਮੋਰਚੇ ਦੀ ਜਿਹੜੀ ਜ਼ਿਆਦਾ ਸਫਲਤਾ ਦੀ ਕੁੰਜੀ ਹੋਏਗਾ ਜਿੰਨੀਆਂ ਔਰਤਾਂ ਵਾਧੇ ਦੇ ਛਾਮਲ ਹੋਣਗੀਆਂ ਉਹਦੇ ਨਾਲ ਇਹ ਮੋਰਚਾ ਜਿਹੜਾ ਜ਼ਿਆਦਾ ਪ੍ਰਾਪਤੀ ਕਰੇਗਾ ਜਿਵੇਂ ਅਸੀਂ ਗੁਰਮਤ ਦੇ ਫਲਸਫੇ ਦੀ ਗੱਲ ਕਰੀਏ ਤਾਂ ਸਾਨੂੰ ਉੱਥੇ ਵੇਖਣ ਨੂੰ ਮਿਲ ਰਿਹਾ ਚਾਹੇ ਉਹ ਸੇਵਾ ਹੋਵੇ ਲੰਗਰ ਹੋਵੇ ਪੰਗਤ ਹੋਵੇ ਉਹ ਜਿਹੜੇ ਗੁਰਮਤ ਦੇ ਜਿੰਨੇ ਵੀ ਫਲਸਫੇ ਆ ਉਹ ਵੇਖਣ ਨੂੰ ਮਿਲ ਰਹੇ ਆ ਐਵੇਂ ਕਿ ਗੁਰਮਤ ਦਾ ਅਹਿਮ ਜਿਹੜਾ ਫਲਸਫਾ ਹੈ ਸੋਖਿਉਮਨ ਦਾ ਆਖੇ ਜਿੱਤ ਜਮੈ ਰਜਾਨ ਔਰਤ ਨੂੰ ਬਰਾਬਰਤਾ ਦਾ ਜਿਹੜਾ ਹੀ ਮੁੱਖ ਫਲਸਫਾ ਗੁਰਮਤ ਦੇ ਵਿੱਚ ਦਿੱਤਾ ਗਿਆ ਸੀ ਉਹ ਵੀ ਅੱਜ ਅਸੀਂ ਕਹਿ ਸਕਦੇ ਹਾਂ ਸਾਨੂੰ ਵਿਵਹਾਰਿਕ ਦੇ ਵਿੱਚ ਪ੍ਰੈਕਟੀਕਲ ਦੇ ਰੂਪ ਵਿੱਚ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ ਜੰਮੂ ਜੀ ਅਤੇ ਨਿਹਿਆ ਜੀ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਇਹ ਪੁੱਛਣਾ ਚਾਹੁੰਦਾ ਜਿਵੇਂ ਅੱਜ ਜੰਮੂ ਜੀ ਤੁਸੀਂ ਜਿਵੇਂ ਕਿਹਾ ਵੀ ਮੌਕਾ ਨਹੀਂ ਮਿਲਦਾ ਔਰਤਾਂ ਨੂੰ ਪਰ ਅੱਜ ਮੌਕਾ ਦਿੱਤਾ ਗਿਆ ਕਿਸਾਨਾਂ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਇੱਕ ਚੰਗੀ ਸੋਚ ਇੱਕ ਉਸਾਰੂ ਸੋਚ ਦਾ ਸਬੂਤ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਦੇ ਮੁਖੀਆਂ ਵੱਲੋਂ ਮੈਂ ਤੁਹਾਡੇ ਕੋਲੋਂ ਇਹ ਪੁੱਛ ਰਿਹਾ ਕਿ ਜਿਵੇਂ ਸਟੇਜ ਸੰਚਾਲਨ ਕਰਦਿਆਂ ਹੋਇਆਂ ਇੱਕ ਜੈਸੀ ਦੇਖੇ ਜਦੋਂ ਸਟੇਜ ਦੇ ਉੱਪਰ ਜਿਹੜੀਆਂ ਉਹਨਾਂ ਦੇ ਗੱਲਬਾਤ ਦਾ ਤਰੀਕਾ ਹੈ ਉਹਨਾਂ ਦੀਆਂ ਜਿਹੜੀਆਂ ਦਲੀਲਾਂ ਉਹ ਬਹੁਤ ਪ੍ਰਭਾਵਸ਼ਾਲੀ ਰਹੀਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਉਹਨਾਂ ਨੂੰ ਅੱਜ ਮੌਕਾ ਮਿਲਿਆ ਲੱਗਦਾ ਹੈ ਕਿ ਜੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਾਂ ਭਾਰਤੀ ਰਾਜਨੀਤੀ ਵਿੱਚ ਉਹਨਾਂ ਨੂੰ ਮੌਕਾ ਮਿਲੇ ਤਾਂ ਇੱਕ ਵਧੀਆ ਕਦਮ ਹੋਵੇਗਾ ਬਿਲਕੁਲ ਜਿੰਨੇ ਵੀ ਤਜਰਬੇ ਹੋਏ ਆ ਮੇਰਾ ਖਿਆਲ ਔਰਤਾਂ ਕਿਸੇ ਖੇਤਰ ਦੇ ਵਿੱਚ ਵੀ ਉਹਨਾਂ ਦੀ ਪਰਫਾਰਮੈਂਸ ਮਾੜੀ ਨਹੀਂ ਰਹੀ ਵਧੀਆ ਪ੍ਰਦਰਸ਼ਨ ਕੀਤਾ ਜੋ ਰਾਜਨੀਤੀ ਚ ਆਇਆ ਉੱਥੇ ਵੀ ਉਹਨਾਂ ਕੀਤਾ ਹੈ ਜੇ ਐਜੂਕੇਸ਼ਨ ਦੇ ਵਿੱਚ ਐਜ਼ ਅ ਟੀਚਰ ਵੀ ਉਹਨਾਂ ਨੇ ਵਧੀਆ ਭੂਮਿਕਾ ਨਿਭਾਈ ਹੈ ਇਸ ਦੇ ਦੇਸ਼ ਦੇ ਵਿੱਚ ਤਾਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਵੀ ਰਹੀ ਹੈ ਮਤਲਬ ਉਹਦੇ ਮੁਕਾਬਲੇ ਕਿੰਨੇ ਕੁ ਪ੍ਰਧਾਨ ਮੰਤਰੀ ਜਾਂ ਪਹਿਲਾਂ ਜਾਂ ਬਾਅਦ ਦੇ ਵਿੱਚ ਹੋਏ ਹੈ ਮਤਲਬ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਔਰਤਾਂ ਨੂੰ ਅੱਗੇ ਆਉਣ ਦੇ ਮੌਕੇ ਮਿਲੇ ਉਹਨਾਂ ਨੇ ਚੰਗੀ ਭੂਮਿਕਾ ਨਿਭਾਈ ਹੈ ਇਹ ਨਹੀਂ ਮਤਲਬ ਮਾੜੀ ਵਾਲੀਆਂ ਵੀ ਆ ਜਾਂਦੀਆਂ ਚੰਦਾ ਕੋਸ਼ੜ ਵਰਗੀ ਵੀ ਆ ਜਾਂਦੀ ਹੈ ਜਿਹੜੇ ਕਰਪਸ਼ਨ ਦੇ ਮਾਮਲਿਆਂ 'ਚ ਜਾਂ ਕਿਸੇ ਹੋਰ ਵੀ ਆ ਸਕਦੇ ਮਾਮਲੇ ਹੋ ਜੇ ਪਰ ਬਾਈ ਐਂਡ ਲਾਰਜ ਜਿੱਤੇ ਵੀ ਔਰਤਾਂ ਨੂੰ ਮੌਕੇ ਮਿਲੇ ਉਹਨਾਂ ਨੇ ਚੰਗੀ ਤਰ੍ਹਾਂ ਲੀਡ ਕਰਨ ਦੀ ਕੋਸ਼ਿਸ਼ ਕੀਤੀ ਹੈ ਵਧੀਆ ਮਤਲਬ ਉਹਨਾਂ ਨੇ ਮੇਰੇ ਆਪਣੇ ਘਰ ਦੇ ਵਿੱਚ ਐਗਜ਼ੈਂਪਲਾਂ ਹੈਗੀਆਂ ਨੇ ਸਾਡੀ ਇੱਕ ਰਿਸ਼ਤੇ ਦੀ ਕੁੜੀ ਹੈ ਅੱਜ ਕੱਲ ਅਮਰੀਕਾ ਪੜ੍ਹਦੀ ਹੈ ਜੀ ਉਹ ਮਤਲਬ ਸਾਇੰਂਸ ਦੀ ਫਿਜ਼ਿਕਸ ਦੀ ਸਟੂਡੈਂਟ ਹੈ ਜੀ ਪਰ ਉਹਨੂੰ ਅਸੀਂ ਕਦੇ ਦੇਖਦੇ ਹੁੰਨੇ ਹਾਂ ਵੀ ਦੁਨੀਆ ਦੇ ਬਾਰੇ ਜੇ ਕਦੇ ਗੱਲ ਕੀਤੀ ਜਾਵੇ ਉਹਦੇ ਨਾਲ ਤੁਸੀਂ ਪੋਲਿਟਿਕਸ ਦੇ ਮਾਮਲੇ ਤੇ ਕਿਤੇ ਬਾਰੇ ਗੱਲ ਕਰ ਲਓ ਕਿਸੇ ਦੇਸ਼ ਬਾਰੇ ਪੁੱਛ ਲਓ ਵੀ ਉੱਥੇ ਕੀ ਪ੍ਰੋਬਲਮ ਉਹ ਸਾਡੇ ਨਾਲ ਉਹਨੂੰ ਮਤਲਬ ਪਤਾ ਵੱਧ ਪਤਾ ਹੁੰਦਾ ਤੋਂ ਇਸ ਕਰਕੇ ਔਰਤਾਂ ਨੂੰ ਜਿੱਥੇ ਮੌਕੇ ਮਿਲਦੇ ਆ ਉੱਥੇ ਉਹਨਾਂ ਨੇ ਚੰਗੇ ਨਤੀਜੇ ਕੱਢੇ ਆ ਬਿਹਤਰ ਮਤਲ ਅਗਵਾਈ ਦਿੱਤੀ ਆ ਤੇ ਇਸ ਕਰਕੇ ਉਹਨਾਂ ਨੂੰ ਵੀ ਬਰਾਬਰ ਦੇ ਮੌਕੇ ਦੇਣ ਦੀ ਲੋੜ ਆ ਉਹਨਾਂ ਨੂੰ ਹਰ ਖੇਤਰ ਦੇ ਵਿੱਚ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਮਿਲਣੇ ਚਾਹੀਦੇ ਪਰ ਅਸੀਂ ਸਿੱਖਿਆ ਦੇ ਵਿੱਚ ਦੇਖਦੇ ਆ ਸਿੱਖਿਆ ਦੇ ਵਿੱਚ ਮਤਲ ਜਦੋਂ ਰਿਜ਼ਲਟ ਆਉਂਦੇ ਨੌਵੀਂ ਦਸਵੀਂ ਆ 12ਵੀਂ ਦੇ ਵਿੱਚ ਕਿੰਨੀ ਕਿੰਨੀ ਹਾਂ ਬेटर ਰਹਿੰਦਾ ਜੀ ਜੀ ਪਾਕਿਸਤਾਨਾਂ ਤੇ ਜ਼ਿਆਦਾ ਲੜਕੀਆਂ ਵਾਲਾ ਖੇਡਾਂ ਦੇ ਮਾਮਲੇ ਦੇ ਵਿੱਚ ਵੀ ਕਿਸੇ ਖੇਤਰ ਦੇ ਵਿੱਚ ਔਰਤਾਂ ਪਿੱਛੇ ਨਹੀਂ ਗਈਆਂ ਜੀ ਕਿਦੇ ਜਮਾਨਾ ਸੀਗਾ ਕਿਹਾ ਜਾਂਦਾ ਵੀ ਇਹ ਜਿਹੜੀਆਂ ਜਿੰਡੀਆਂ ਦੇ ਵੀ ਇਹ ਕਦੇ ਸਮਾਜ ਦੀਆਂ ਲੀਡਰ ਹੁੰਦੀਆਂ ਸੀਗੀਆਂ ਜੀ ਜਿਨ੍ਹਾਂ ਨੂੰ ਅੱਜ ਮਤਲਬ ਅਸੀਂ ਪੁੱਛਦੇ ਹਾਂ ਇਹ ਕਦੇ ਕਿਦੇ ਸਮਾਜ ਜਿਹੜਾ ਮੁੱਢਲਾ ਸਮਾਜ ਆ ਉਹਦੇ ਵਿੱਚ ਔਰਤਾਂ ਆਗੂ ਹੁੰਦੀਆਂ ਸੀਗੀਆਂ ਹੌਲੀ ਹੌਲੀ ਕੰਮ ਬਦਲਦਾ ਗਿਆ ਇਹਨਾਂ ਦੀ ਬੰਦੇ ਦੀ ਡੋਮਿਨੇਸ਼ਨ ਵਾਧਦੀ ਗਈ ਔਰਤਾਂ ਦੀ ਘਟਦੀ ਗਈ ਇਹ ਜਿਹੜਾ ਇੰਬੈਲੈਂਸ ਹੋਇਆ ਇਨੂੰ ਬੈਲੈਂਸ ਦੁਆਰਾ ਬਣਾਉਣ ਦੀ ਲੋੜ ਹੈ ਸੰਤੋਲਨ ਜਿਹੜਾ ਦੁਬਾਰਾ ਕਾਇਮ ਕਰਨ ਦੀ ਲੋੜ ਹੈ ਤੇ ਕਿਸਾਨਾਂ ਨੇ ਅੱਜ ਕੀਤਾ ਤੇ ਇਸ ਲਈ ਉਹਨਾਂ ਨੂੰ ਸ਼ਾਬਾਸ਼ ਹੈ ਅੱਗੇ ਵੀ ਅਸੀਂ ਚਾਹਾਂਗੇ ਕਿ ਉਹ ਇਸ ਮਾਮਲੇ ਨੂੰ ਇੱਥੇ ਹੀ ਨਾ ਛੱਡ ਦੇਣ ਇੱਕ ਦਿਨ ਤੱਕ ਨਾ ਕਰਨ ਲੰਮਾ ਵਧਾਉਣ ਲੰਮੀ ਛਮੂਲੀਏ ਜਿਹੜੀ ਹੈ ਵੱਡੀ ਛਮੂਲੀਏ ਤੇ ਹੋਰ ਕਰਨ ਤਾਂ ਹੀ ਉਹਨਾਂ ਦੀ ਸਫਲਤਾ ਜਿਹੜੀ ਆ ਉਹ ਜ਼ਿਆਦਾ निडय होएगी। जी जब मुझे एक बात यहाँ पर जोड़ना चाहूंगी क्योंकि हरकीरत आज हमने देखा कि मंच पर महिला नेताओं जो थी उनकी कोई कमी नहीं थी और आपने जैसा कहा कि प्रभावशाली जो भाषण है उनका रहा कि वो जो भी बात कह रही थी वो समझ में भी आ रही थी और वो काफ़ी मजबूत भी लग रही थी कि उनकी जो विचार है उनकी जो बातें हैं वो बिल्कुल में सही हैं और बहुत ही दूर की सोच दर्शाती हैं विचार बहुत ही मजबूत है इन महिला नेताओं के तो मुझे ये लग रहा है हरकीरत के इस मंच से कई महिला जो नेता है उनको वो आगे बढ़ने की वो एक वो जो रास्ता है वो मंजिल शायद मिलेगी और मैं मुझे उम्मीद ये अब ये होने लगी है इस मन से कि ये जो 40 प्रतिनिधि केंद्र के मंत्री के साथ बातचीत करने जाते हैं तो शायद आने वाले दिनों में जब इस तरह से कोई बातचीत होगी बड़े लेवल पर डिसीजन लेने की बात होगी फैसले लेने की बात होगी तो यहाँ से निकले दो तीन महिला नेताओं के चेहरे शायद मैं उस तस्वीर की कल्पना मैं कर पा रही हूँ कि ये कुछ महिलाएँ वहाँ पर भी शामिल ਔਰ ਤਬ ਦੇਖਣੀ ਵਾਲੀ ਬਾਤ ਹੋਗੀ ਕਿ ਇਹ ਕਿੰਨਾ ਸਫਲ ਹੈ ਜੀ ਜੰਮੂ ਜੀ ਜਾਂਦੇ ਜਾਂਦੇ ਇੱਕ ਆਪਾ ਤੁਹਾਡੇ ਕੋਲ ਸਵਾਲ ਲੈ ਲੈਂਦੇ ਆ ਜੀ ਨਿਹਿਆ ਜੀ ਤੁਸੀਂ ਵੀ ਆਪਣਾ ਪੱਖ ਰੱਖ ਸਕਦੇ ਆ ਕਿ ਜਿਹੜਾ ਅੱਜ ਦਾ ਕਿਸਾਨ ਮਹਿਲਾ ਕਿਸਾਨ ਦਿਵਸ ਜਿਹੜਾ ਮਨਾਇਆ ਗਿਆ ਉਹ ਕਿੰਨਾ ਕੁ ਸਫਲ ਰਿਹਾ ਮੇਰਾ ਤਾਂ ਖਿਆਲ ਪੂਰੀ ਤਰ੍ਹਾਂ ਹੀ ਸਫਲ ਹੈ ਮੈਂ ਤਾਂ ਇੱਕ ਨਹੀਂ अनेका ਰਿਪੋਰਟਾਂ ਦੇਖੀਆਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਰਿਪੋਰਟਾਂ ਦੇਖੀਆਂ ਬਕਾਇਦਾ ਔਰਤਾਂ ਨੇ ਮਤਲਬ ਜਿਹੜਾ ਬਰਨਾਲਾ ਹੈ ਉਹਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਉਹਨੂੰ ਪੁੱਛਿਆ ਗਿਆ ਕਿਉਂਕਿ ਤਾਂ ਉਹ ਕਹਿੰਦੇ ਵੀ ਇੱਥੇ ਭਾਜੀਪੀ ਦੇ ਨੇਤਾ ਜਿਹੜੇ ਹਰਜੀਤ ਗਰੇਵਾਲ ਨੇ ਤਾਂ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਨਾ ਵੀ ਐਡੇ ਜਿਹੜੀ ਹੈ ਨਾ ਜੇ ਉਹ ਤੁਸੀਂ ਸਟੈਂਡ ਲਿਆ ਜੋ ਤੁਸੀਂ ਕਰ ਰਹੇ ਆ ਤੁਹਾਡੀ ਕੋਈ ਬੋਲਲੀ ਪੁੱਛ ਪ੍ਰਤੀਤ ਨਹੀਂ ਹੈਗੀ ਅਸੀਂ ਇਹ ਅੰਦੋਲਨ ਕਰਕੇ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਬੰਦੇ ਕੀ ਕਿਸਾਨ ਕੀ ਕਿਸਾਨ ਔਰਤਾਂ ਵੀ ਤੁਹਾਡੇ ਖਿਲਾਫ ਹੋ ਚੁੱਕੀਆਂ ਨੇ ਤੇ ਮੈਨੂੰ ਲੱਗਦਾ ਕਿ ਜੇ ਅਮਰਸਰ ਦੀ ਵੀ ਰਹੀ ਹੈ ਜਲੰਧਰ ਦੀ ਕਿਸੇ ਥਾਂ ਦੀ ਵੀ ਕੋਈ ਗੱਲ ਕਰੀ ਜਾਵੇ ਜਾਂ ਹਰਿਆਣੇ ਦੀ ਕੀਤੀ ਜਾਵੇ ਜਾਂ ਕਿਸੇ ਪਾਸੇ ਦੀ ਕੀਤੀ ਜਾਵੇ ਦੇਸ਼ ਦੀਆਂ ਬਾਕੀ ਅਸੀਂ ਰਿਪੋਰਟਾਂ ਨਹੀਂ ਸਾਡੇ ਕੋਲ ਉਸ ਤਰੀਕੇ ਦੀਆਂ ਹੈਗੀਆਂ ਪਰ ਮੈਨੂੰ ਲੱਗਦਾ ਕਿ ਹਰ ਥਾਂ ਦੇ ਉੱਪਰ ਔਰਤਾਂ ਨੇ ਅੱਜ ਵੱਧ ਚੜ੍ਹ ਕੇ ਪਾਰਟਿਸਪੇਸ਼ਨ ਕੀਤੀ ਹੈ ਹਿੱਸੇਦਾਰੀ ਲਈ ਹੈ ਤੇ ਉਹਨਾਂ ਨੇ ਇੱਕ ਜਿਹੜਾ ਬਿਹਤਰ ਜਿਹੜਾ ਪ੍ਰਦਰਸ਼ਨ ਕੀਤਾ ਅੱਜ ਜੀ ਉਹਨਾਂ ਨੇ ਵੀ ਦੱਸਿਆ ਕਿ ਉਹ ਖੇਤੀ ਕਾਨੂੰਨਾਂ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੀਆਂ ਨੇ ਉਹਨਾਂ ਨੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਦੀ ਹਾਲਤ ਹੇਮਾ ਮਾਨਲੀਵਾਰ ਲਈ ਨਹੀਂ ਹੈਗੀ ਜਿਹੜਾ ਉਹਨਾਂ ਨੇ ਕਹਿਤਾ ਮਤਲਬ ਵੀ ਇਹ ਖੇਤੀ ਕਾਨੂੰਨ ਜਿਹੜੇ ਆ ਇਹਨੇ ਲੋਕ ਵਰਗ ਲਾ ਕੇ ਲੈਂਦੇ ਕੇ ਪਤਾ ਨਹੀਂ ਕਿਵੇਂ ਆਏ ਔਰ ਤਾਂ ਦੱਸਿਆ ਕਿ ਸਾਨੂੰ ਖੇਤੀ ਕਾਨੂੰਨਾਂ ਦਾ ਪਤਾ ਹੈ ਇਹਨਾਂ ਦੀ ਹਿਸਟਰੀ ਕੀ ਬੈਕਗ੍ਰਾਉਂਡ ਕੀ ਆ ਉਹਨਾਂ ਸਾਰੀ ਅੱਜ ਐਕਸਪੋਜ਼ ਕੀਤੀ ਉਥੇ ਤੇ ਅਸੀਂ ਜਾਣਦੇ ਹਾਂ ਕਿ ਸਾਡੀਆਂ ਜ਼ਮੀਨਾਂ ਦੇ ਕੌਮ ਦਾ ਇੱਕ ਵੱਡਾ ਹਮਲਾ ਹੋਇਆ ਜਿੱਦੋਂ ਅਸੀਂ ਰਜਿਸਟ ਕਰਨਾ ਜਿਹਦਾ ਵਿਰੋਧ ਕਰਨਾ ਤੋਂ ਅਸੀਂ ਵਿਰੋਧ ਕਰਨ ਲਈ ਇੱਥੇ ਆਪਣੇ ਭਰਾਵਾਂ ਦੇ ਨਾਲ ਆਪਣੇ ਪਿਓਵਾਂ ਦੇ ਨਾਲ ਦੋਸਤਾਂ ਨਾਲ ਮੋਢੇ ਨਾਲ ਮੋਢਾ ਢਾ ਕੇ ਜਿਹੜਾ ਇਸ ਮੈਦਾਨ ਦੇ ਵਿੱਚ ਕੁੱਦੀਆਂ ਤੇ ਇਹਦੀ ਸਫਲਤਾ ਲਈ ਅਸੀਂ ਜਿੰਨਾ ਵੀ ਸਾਡੇ ਕੋਲ ਹੋ ਸਕੇ ਅਸੀਂ ਕਰਾਂਗੇ ਜੀ जी बिल्कुल हरकेत मैं भी यही कहना चाहूंगी कि सफल है ये पूरा और महिलाओं को इन्होंने देश से ही जो मंच दिया है वो फिर से साबित करता है कि मंच दोबारा मिले तो जो महिला नेताएं हैं वो अपने आप को साबित करने में कोई कमी नहीं रखेंगी और आज जो हुआ है इसका असर आप अगले कुछ महीनों में और भी देख पाएंगे कि महिलाएं ये चीज़ जल्दी भूलने वाली नहीं है कि उन्हें एक बार मौका मिला था और उन्हें और ज़्यादा मेहनत करनी है और ज़्यादा परिश्रम करना है और अपने जो कॉन्ट्रीब्यूशन अपना जो योगदान देना है देश के विकास में या फिर खेती के विकास में یا پھر آس پاس کی جو وکاس سے সম্বন্ধ جو فیصلے ہوں گے اس میں وہ بڑھ چڑھ کر حصہ لیں گی اور سمے سمے پر اس کی تصویریں ہم دیکھیں گے خبروں کے دوران جی جے میں اسی کہہ سکتے ہیں ایک نرویت نگر سماج دے وچ ہر ایک ورگ نو جڑی ہے برابریتا ملنی چاہیے آج اسی اے جڑا روپ ہے ਵਿਵਹਾਰਿਕ ਤੌਰ ਤੇ ਵੇਖ ਸਕਦੇ ਆ ਸਾਡਾ ਸਮਾਪਤ ਹੈ ਜੀ ਖਿਮਾਂ ਦੇ ਜੱਜਖਾਂ ਜੀ ਸਤਿ ਸ਼੍ਰੀ ਅਕਾਲ